ਜਵਾਕ, ਜਨਾਨੀ ਅਤੇ ਬਜ਼ੁਰਗ ਚਾਹੇ ਦੁਸ਼ਮਣ ਦੇ ਹੋਣ, ਉਹਨਾਂ ਨੂੰ ਇੱਜ਼ਤ ਬਖਸ਼ੋ। ਤੁਹਾਡੇ ਦੁਸ਼ਮਣ ਅਤੇ ਤੁਹਾਡੀ ਦੁਸ਼ਮਣੀ ਇਸ ਦੁਨੀਆ ਵਿੱਚੋਂ ਖਤਮ ਹੋ ਜਾਓ। ਮਨ ਵੀ ਇੱਕ ਚਿੱਟੇ ਕੱਪੜੇ ਦੀ ਤਰ੍ਹਾਂ ਹੈ, ਉਸ ਨੂੰ ਜਿਹੜੇ ਰੰਗ ਵਿੱਚ ਟਕੋਇਆ ਜਾਂਦਾ ਹੈ ਉਹੀ ਉਹ ਰੰਗ ਚੜ੍ਹ ਜਾਂਦਾ ਹੈ। ਆਪਣੇ ਜੀਵਨ ਨੂੰ ਇੰਨਾ ਖੁਸ਼ਹਾਲ ਬਣਾਓ ਕਿ ਤੁਹਾਨੂੰ ਯਾਦ ਕਰਕੇ ਕਿਸੇ ਕਮਜ਼ੋਰ ਇਨਸਾਨ ਦੀਆਂ ਅੱਖਾਂ ਵਿੱਚ ਵੀ ਚਮਕ ਆ ਜਾਵੇ। ਪਾਣੀ ਦੀ ਇੱਕ ਬੂੰਦ ਗਰਮ ਤਵੇ 'ਤੇ ਪੈ ਜਾਵੇ ਤਾਂ ਮਿੱਟ ਜਾਂਦੀ ਹੈ। ਕਮਲ ਦੇ ਪੱਤੇ 'ਤੇ ਡਿੱਗੇ ਤਾਂ ਮੋਤੀ ਦੀ ਤਰ੍ਹਾਂ ਚਮਕਣ ਲੱਗਦੀ ਹੈ। ਜੇ ਸਿੱਪੀ 'ਚ ਚਲੀ ਜਾਵੇ ਤਾਂ ਖੁਦ ਮੋਤੀ ਬਣ ਜਾਂਦੀ ਹੈ। ਪਾਣੀ ਦੀ ਬੂੰਦ ਤਾਂ ਉਹੀ ਹੈ, ਬਸ ਸੰਗਤ ਦਾ ਫਰਕ ਹੈ। ਜੇ ਕਿਸਮਤ ਨੂੰ ਅਜ਼ਮਾਉਂਦੇ ਹੋਏ ਥੱਕ ਗਏ ਹੋ ਤਾਂ ਆਪਣੇ ਆਪ ਨੂੰ ਅਜ਼ਮਾ ਕੇ ਦੇਖੋ, ਨਤੀਜੇ ਬਿਹਤਰ ਮਿਲਣਗੇ। ਹੀਰਾ ਬਣਾਇਆ ਹੈ ਵਾਹਿਗੁਰੂ ਨੇ ਸਭ ਨੂੰ, ਪਰ ਚਮਕਦਾ ਉਹੀ ਹੈ ਜੋ ਤਰਾਸ਼ਣ ਦੀ ਹੱਦ 'ਚੋਂ ਲੰਘਦਾ ਹੈ। ਚਾਰ ਚੀਜ਼ਾਂ ਕਦੇ ਨਹੀਂ ਭੁੱਲਦੀਆਂ, ਸਮੁੰਦਰ, ਸ਼ਮਸ਼ਾਨ, ਖੁਆਇਸ਼ਾਂ ਦਾ ਖੂਹ ਅਤੇ ਇਨਸਾਨ ਦਾ ਮਨ। ਚੱਲਦੇ ਰਹਿਣਗੇ ਮੇਰੇ ਬਗੈਰ ਵੀ ਕਾਫਲੇ ਇੱਥੇ, ਇੱਕ ਤਾਰ ਦੇ ਟੁੱਟ ਜਾਣ ਨਾਲ ਆਸਮਾਨ ਸੋਨਾ ਤਾਂ ਨਹੀਂ ਹੋ ਜਾਂਦਾ। ਵਿਚਾਰ ਚੰਗੇ ਲੱਗੇ ਹੋਣ ਤਾਂ ਸ਼ੇਅਰ ਜ਼ਰੂਰ ਕਰੋ।